ਚੀਨ ਨੇ ਚੀਨ ਨੇ ਇੰਡੀਆ ਤੇ ਹਮਲਾ ਕੀਤਾ ਸਾਨੂੰ ਅਸਲ ਅਸੀਂ ਅਵੇ ਦਾ ਕੰਮੇ ਤੇ ਮੈਂ ਤੇ ਅੱਛਾ ਤਾਂ ਸਾਨੂੰ ਕਿ ਪਤਾ ਇਹ ਲੜਦੇ ਹੀ ਰਹਿਣਾ ਅੱਛਾ ਇਹ ਲੜਦੇ ਹੀ ਰਹਿਣਾ ਹਮਲਾ ਕੀਤਾ ਨੇ ਹਮਲਾ ਕਿਹੜਾ ਭੈਣ ਜੀ ਉਹਨੇ ਡੱਕਿਆ ਨਹੀਂ ਜਾ ਰਿਹਾ ਅੱਛਾ ਅਸੀਂ ਤਾਂ ਕੰਮ ਕਰਨੇ ਆ ਠੀਕ ਪਏ ਅਸੀਂ ਤਾਂ ਆਉਂਦੇ ਹਾਂ ਭਾਈ ਠੀਕ ਹੈ ਅਗਲਾ ਨੇ ਕੰਮ ਨਹੀਂ ਠੀਕ ਕਰਨਾ ਉਹ ਅਗਲਿਆਂ ਨੇ ਭੈਣ ਜੀ ਸੋਚਣਾ ਇਹਨਾਂ ਇਹ ਸਭ ਭੈਣ ਰਿਟੇ ਰਹੇ ਨੇ ਚੋਰ ਚੋਰ ਬਣੇ ਨੇ ਤੇ ਅਸੀਂ ਇਹ ਕਰ ਦਾਂਗੇ ਬਸ ਇਹ ਬਸ ਕੌਣ ਹੀ ਹੈ ਇਹਨਾਂ ਦੀ ਭੈਣ ਦੀ ਜ਼ਿੰਦਗੀ ਤਬਾਹ ਹੋ ਜਾਏਗੀ ਫਿਰ ਸਾਰਾ ਕੁਛ ਤਬਾਹ ਨਹੀਂ ਹੋਵੇਗਾ ਜ਼ਿੰਦਗੀ ਤਬਾਹ ਹੋ ਜਾਏਗੀ ਸਾਰਾ ਕੁਛ ਤਬਾਹ ਨਹੀਂ ਹੋਣ ਲੱਗਾ ਨਹੀਂ ਹੋਣ ਲੱਗਾ ਇਹਨਾਂ ਦਾ ਸਾਰਾ ਕੁਛ ਤਬਾਹ ਨਹੀਂ ਹੋਣ ਲੱਗਾ ਬਸ ਇਹਨਾਂ ਨੇ ਇੱਥੇ ਹੀ ਰਹਿਣਾ ਇਹ ਬਸ ਇੱਥੇ ਹੀ ਰਹਿਣਗੇ ਅਸੀਂ ਤਾਂ ਇਹ ਸੋਚਦੇ ਹਾਂ ਕਿ ਇੱਕ ਵੀ ਕਰ ਲਓ ਨਹੀਂ ਕਰਦੇ ਇਹ ਸੋਚਦੇ ਪਏ ਕਿ ਅਸੀਂ ਕੋਈ ਮਿਲ ਬਣਾ ਲਈਏ ਕਰ ਲਈਏ ਇੰਜ ਨਹੀਂ ਹੁਣ ਮੁਸਲਮਾਨਾਂ ਦਾ ਇਹ ਰਹਿ ਗਿਆ ਲੜਦੇ ਰਹਿੰਦੇ ਨੇ ਕਿ ਜ਼ਵਾਲ ਆਏ ਹੈ ਇਹ ਨਹੀਂ ਧੱਕਣਾ ਬਸ ਅਤੇ ਲੜਦੇ ਹੀ ਰਹੋ ਇਹ ਸਾਡੇ ਤਾਂ ਨਹੀਂ ਸਾਡੇ ਲੜ ਬੈਠੇ ਨੇ ਸਾਡਾ ਕੁਝ ਨਹੀਂ ਹੁੰਦਾ ਸਾਡਾ ਅੱਲਾ ਹਾਫਜ਼ ਹੈ ਸਾਨੂੰ ਤਾਂ ਇਹ ਹੀ ਹੈ ਅਜੇ ਕਿ ਭੈਣ ਤ੍ਰਿਪੜ ਨਹੀਂ ਪੈਣਗੇ ਜੇ ਕਿਤੇ ਵੀ